ਸਸ਼ੀ ਕਾਲ ਜੀ ਮੈਂ ਤੁਹਾਡੀ ਆਪਣੀ ਕਾਲੋਂ ਸੁਵਨੀਤ ਆਸ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਤੇ ਦਿਨ ਵੀਰਵਾਰ 29 ਤਰੀਕ ਨੂੰ ਬਾਬਾ ਜੀ ਦਾ ਭੰਡਾਰਾ ਹੈ ਘਰ ਤੇ ਕੁੰਜਰਾ ਪੁਲ ਤੋਂ ਅੱਗੇ ਪਿੰਡ ਨਾਰਵਾ ਜਿਹੜੇ ਵੀ ਮੈਨੂੰ ਪਿਆਰ ਕਰਦੇ ਨੇ ਉਹ ਇੱਥੇ ਜ਼ਰੂਰ ਪਹੁੰਚਣਾ ਤੇ ਅੱਜ ਅਮਰ ਦਾ ਫਰੈਂਡ ਆਇਆ ਸੀਗਾ ਉਹਨੇ ਬਾਬਾ ਜੀ ਦੀ ਸੇਵਾ ਕਰਨੀ ਸੀ ਤੇ ਉਹ ਕਹਿੰਦਾ ਮੈਂ ਤੁਹਾਡਾ ਇੱਕ ਛੋਟਾ ਜਿਹਾ ਵਲੌਗ ਬਣਾਉਣਾ ਹੈ ਤੇ ਰਾਤ ਬਹੁਤ ਹੋ ਚੁੱਕੀ ਸੀ ਕੋਈ ਗੱਲ ਤੇ ਹੈਗੀ ਨਹੀਂ ਮਾਈਂਡ ਦੇ ਵਿੱਚ ਕਿ ਕਿਦਾਂ ਦਾ ਵਲੌਗ ਬਣਾਈਏ ਕਿਦਾਂ ਦਾ ਨਹੀਂ ਚਲੋ ਆਪਾਂ ਇਦਾਂ ਕਰਦੇ ਆ ਕਿ ਇਹਨੂੰ ਇਦਾਂ ਹੀ ਇੱਕ ਦੋ ਗੱਲਾਂ ਪੁੱਛਦੇ ਆ ਤੇ ਚਲੋ ਮਿਲਦੇ ਆ ਹੁਣ ਇਹਦੇ ਨਾਲ ਵਲੌਗ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਸਾੜਿਆ ਨੂੰ ਮੈਂ ਮੇਰਾ ਨਾਮ ਰੋਬੀਨਾ ਮੈਂ ਅੱਜ ਕੱਲੋ ਮੈਡਮ ਘਰ ਆਇਆ ਇੱਕ ਛੋਟਾ ਜਿਹਾ ਇਹਨਾਂ ਦਾ ਵਲੌਗ ਬਣਾਣਾ ਆ ਥੈਂਕ ਯੂ ਜੀ ਤੁਸੀਂ ਸਾਡੇ ਘਰ ਆਇਓ ਵਲੌਗ ਬਣਾਉਣ ਵਾਸਤੇ ਤੇ ਅੱਛਾ ਪਹਿਲਾਂ ਮੈਨੂੰ ਦੱਸ ਕੀ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਮੇਰੀ ਫੈਮਿਲੀ ਚ ਮੇਰੇ ਦੋ ਵੱਡੇ ਬ੍ਰਦਰ ਆ ਤੇ ਮੇਰੀ ਮੰਮਾ ਤੇ ਮੇਰੇ ਪਾਪਾ ਆ ਅੱਛਾ ਠੀਕ ਆ ਤੇ ਬ੍ਰਦਰ ਕੀ ਕਰਦੇ ਨੇ ਬ੍ਰਦਰ ਤਾਂ ਵਿਲੇ ਰਹਿੰਦੇ ਆ। ਅੱਛਾ, ਤੁਸੀਂ ਕੀ ਕਰਦੇ ਹੋ? ਮੈਂ ਵੀ ਵਿਲਾ ਹੀ ਰਹਿੰਦਾ ਜੀ। ਠੀਕ ਐ। ਹਾਂ ਜੀ। ਅੱਛਾ, ਤੁਸੀਂ ਨਹੀਂ ਕੋਈ ਤਾਂ ਕੰਮ ਕਰਦੇ ਹੋਣਗੇ। ਕੰਮ ਤਾਂ ਨਹੀਂ ਕੋਈ ਕਰਦੇ, ਪੀ ਸਵੇਰੇ ਉੱਠਦੇ ਆ ਦੋਨੋਂ ਜਾਨੇ ਤੇ ਨਾਂਦੇ ਧੁੰਦੇ ਆ, ਨਾ ਧੋ ਕੇ ਉੱਕਤੇ, ਇੱਕ ਵਾਰ ਨਿਕਲਦਾ ਵੱਡਾ ਤੇ ਦੂਸਰਾ ਮਗਰ ਨਾ ਧੋ ਕੇ ਦੂਸਰਾ ਵੀ ਚਲ ਜਾਂਦਾ ਵਾ ਤੇ ਐਸੇ ਤੇ ਫਿਰ ਮੇਰੀ ਬਾਤੀ ਹੁੰਦੀ ਆ। ਫਿਰ ਮੈਂ ਵੀ ਨਾ ਤੋਕੇ ਮੈਂ ਵੀ ਉਹਨਾਂ ਵਾਂਗੂ ਬਾਹਰ ਹੀ ਚੱਲ ਜਾਂਦਾ ਤਿੰਨੇ ਜਾਣੇ ਆਪਾਂ ਘਰੋਂ ਬਾਹਰ ਚੱਲ ਜਾਂਦੇ ਆ ਤੇ ਸ਼ਾਮ ਨੂੰ ਫੇਰ ਬਾੜੀ-ਵਾੜੀ ਸੈਰ ਕਰੇ ਆ ਜੰਨੇ ਆਪਾਂ ਅੱਛਾ ਵੀ ਸਾਰਾ ਦਿਨ ਤੁਸੀਂ ਕੋਈ ਵਧੀਆ ਕੰਮ ਨਹੀਂ ਕਰਦੇ ਨਹੀਂ ਬਸ ਘੁੰਮਣ ਫਿਰਨ ਹੀ ਜਾਂਦਾ ਸਾਰਾ ਦਿਨ ਅੱਛਾ ਨਹੀਂ ਤੋ ਚੱਲ ਕਿੱਥੇ ਜਾਂਦੇ ਹੋ ਉਹ ਆਪਣੇ ਯਾਰਾ ਦੋਸਤਾਂ ਦੇ ਘਰ ਚੱਲ ਜਾਂਦੇ ਆ ਦੋਨੋਂ ਜਾਣੇ ਫਿਰ ਤੇ ਮੈਂ ਵੀ ਆਪਣੇ ਯਾਰਾ ਦੋਸਤਾਂ ਦੇ ਘਰੇ ਚੱਲ ਜਾਂਦਾ ਠੀਕ ਕੰਮ ਨਹੀਂ ਤੁਹਾਨੂੰ ਕੋਈ ਕੰਮ ਗਰਮੀ ਬਹੁਤ ਨਾਲ ਵਿਲੇ ਰਹੀਦਾ ਗਰਮੀ ਚ ਅੱਛਾ ਅੱਛਾ ਸਰਦੀਆਂ ਚ ਕੰਮ ਕਰਦੇ ਹੋ ਨਹੀਂ ਸਰਦੀਆਂ ਤੇ ਉਹ ਨਹੀਂ ਕਰਦੇ ਆਪ ਠੀਕ ਆ ਰੱਬ ਦੇ ਵਿਆਹ ਆਇਓ ਯਾਨੀ ਕੀ ਹਾਂਜੀ ਹੈ ਹਾਂਜੀ ਅੱਛਾ ਠੀਕ ਠੀਕ ਤੇ ਦਾਦੀ ਹੈਗੀ ਦਾਦੀ ਹੈ ਹੀ ਪਰ ਉਹਨੇ ਦੀ ਦੇਖ ਤੋ ਕੀਆ ਤੇ ਦਾਦਾ ਦਾਦੇ ਨੂੰ ਤੇ ਮੈਂ ਦੇਖਿਆ ਤੱਕ ਨਹੀਂ ਹਲੇ ਤੱਕ चाँ 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 वाले वाले ए, <laughs> अच्छा अच्छा वाले तक छोटे तक नहीं मैं देखा जदों मैं आया ही दो दिन दा दे दी दत होगी जदों मैं आया ही कित्थों आया है बन के जदों मैं होया है अच्छा अच्छा हां जी हां ठीक है ठीक है और और कोई गलब बात सुनाना चाहेगा ਉਹre ਗੱਲਬਾਤ ਪੁੱਛੋ ਕੁਛ ਅੱਛਾ ਇੱਥੇ ਤੈਨੂੰ ਇੱਥੇ ਆ ਕੇ ਕਿਦਾਂ ਦਾ ਲੱਗਦਾ ਪਏ ਪਿੰਡ 'ਚ ਆ ਕੇ ਇੱਥੇ ਆਣ ਕੇ ਵਧੀਆ ਲੱਗਦਾ ਉੱਦਾਂ ਮੈਂ ਸ਼ੁਰੂ ਤੋਂ ਸ਼ੈਡ ਵਿੱਚ ਰਹਿੰਦਾ ਰਿਆਂ ਵਾ ਪਿੰਡ ਤੇ ਆਣ ਕੇ ਵਧੀਆ ਲੱਗਾ ਮੈਨੂੰ ਅੱਛਾ ਹਾਂਜੀ ਹਾਂਜੀ ਮਤਲਬ ਮਜ਼ਾ ਆ ਰਿਹਾ ਮਤਲਬ ਲਾਈਟ ਬੰਦ ਚ ਲਾਈਟ ਬੰਦ ਚ ਨਹੀਂ ਮਜਾ ਆਂਦਿਆ ਉੱਦਾਂ ਵੈਸੇ ਮਜਾ ਆਂਦਿਆ ਜਿਉਂ ਉੱਦਾਂ ਸਾਡੇ ਪਿੰਡ ਲਾਈਟ ਨਹੀਂ ਜਾਂਦੀ ਪਰ ਅੱਜ ਤੁਸੀਂ ਜਦੋਂ ਦੇ ਆਏ ਹੋ ਨਾ ਉਦੋਂ ਦੀ ਲਾਈਟ ਹੀ ਨਹੀਂ ਆ ਰਹੀ ਪਤਾ ਨਹੀਂ ਕੀ ਗੱਲ ਲੱਗਦਾ ਢੇ ਕਰਕੇ ਬੰਦ ਹੋਈ ਆਹੋ ਸਹੀ ਗੱਲ ਆ ਕੀ ਆਪਾਂ ਇਹਦੇ ਲਾਈਟ ਬੰਦ ਹੋ ਗਈ ਠੀਕ ਆ ਅੱਛਾ ਵੈਸੇ ਵਧੀ ਨਹੀਂ ਤਾਂ ਤੂੰ ਕੋਈ ਪਰਦਾ ਪਰਦਾ ਨਹੀਂ ਹੈਗਾ ਹਾਂਜੀ ਮੈਂ ਪਰਦਾ ਹੀ ਪਰ ਤੈਂਤੀ ਕੀਤੀ ਹੋਈ ਇਸ ਤੋਂ ਬਾਅਦ ਜੋ ਮੈਂ ਪੜਿਆ ਹੀ ਨਹੀਂ ਕਿਉਂ ਵੈਸੇ 2 ਸਾਲ ਬਿਲੇ ਅੱਛਾ ਹਾਂਜੀ ਠੀਕ ਆ ਵੈ ਗੋ ਪਲਾਨ ਆ ਕੋਈ ਪਰੰਦਾ ਸ਼ਾਇਦ ਹਲੇ ਪਤਾ ਕੋਈ ਨਹੀਂ ਕੀ ਪੈਣਾ ਕਿ ਨਹੀਂ ਅੱਗੇ ਲੈ ਲਓ ਜੀ ਠੀਕ ਆ ਹਲੇ ਘੁੰਮਣ ਫਿਰਨ ਤੋਂ ਨਹੀਂ ਵੇਲ ਮਿਲਦੀ ਦਾ ਠੀਕ ਆ ਠੀਕ ਆ ਹਾਂ ਜੀ ਹਾਂ ਜੀ اچھا ਉਹਦਾ ਵਹ ਦਾ ਡਿਫੈਂਡ ਆਣ ਕਿ ਮੈਨੂੰ ਬੜਾ ਵਧੀਆ ਲੱਗਾ ਤੇ ਤੁਹਾਡੇ ਹਸਬੰਦ ਦਾ ਵੀ ਸੁਭਾਅ ਬੜਾ ਵਧੀਆ ਆ ਸਾਡੇ ਨਾਲ ਹੀ ਘੁੰਮਦੇ ਫਿਰਦੇ ਆਪਾਂ ਇਕੱਠੇ ਰਹਿੰਦੇ ਆ ਠੀਕ ਹੈ ਮਤਲਬ ਸਾਰੇ ਤੇ ਇੱਕੋ ਜਿਹੇ ਹੋ ਹਾਂ ਜੀ ਜੀ ਠੀਕ ਹੈ ਠੀਕ ਹੈ اچھا ਇਹ ਅਛਾ ਵਰੋਂ ਬਾਕੀ ਕੱਲ ਕਰੋਗੇ ਸਵਾਈ ਅੱਜ ਜਿੰਨੀ ਕਰਨੀ ਕਰਤੀ ਹਾਂਜੀ ਅੱਜ ਕਰਤੀ ਆ ਤੇ ਆਪਾਂ ਥੱਕ ਬੁੱਧ ਗਏ ਹਾਂ ਤੇ ਇਸ ਕਰਕੇ ਉਹਨਾ ਬਾਕੀ ਸਵਾਈ ਆਪਾਂ ਕੱਲ ਕਰਾਂਗੇ ਦੋਨੋਂ ਜਣੇ ਠੀਕ ਐ ਹਾਂਜੀ ਹਾਂਜੀ ਤੇ ਫਿਰ ਦੱਸ ਦੋ ਤੋ ਇਹ ਕਿ 29 ਤਰੀਕ ਨੂੰ ਸਾਡੇ ਮੇਲਾ ਹੈ ਜਿਹੜਾ ਵੀ ਸਾਡਾ ਵਲੌਗ ਵੇਖੇਗਾ ਲਾਗੇ ਸ਼ਾਕੇ ਦੇ ਜਿਹੜੇ ਆਣਾ ਚਾਹਣਗੇ ਉਹ ਆ ਜਾਣ ਹਾਂਜੀ 29 ਤਰੀਕ ਨੂੰ ਸਾਡੇ ਮੇਲਾ ਕਰਾਇਆ ਜਾ ਰਿਹਾ ਇੱਥੇ ਪਿੰਡ ਪਿੰਡ ਨਾੜਵਾ ਤੇ ਜਿਹੜਾ ਵੀ ਸਾਡਾ ਕਿਸੇ ਨੇ ਵੀ ਹੋਣਾ ਹੋਗਾ ਜਰੂਰ ਆਇਓ ਇੱਥੇ ਬਿਲ ਮਿਲਾਂ ਦੇਖਣ ਠੀਕ ਹੈ ਜੀ ਹਾਂਜੀ ਚਲੋ ਜੀ ਇਹਦੇ ਨਾਲ ਹੀ ਮੈਂ ਵਲੌਗ ਦਾ ਐਂਡ ਕਰਦੀ ਆ ਤੇ ਮਿਲਦੀਆਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਥੈਂਕ ਯੂ ਜੀ ਗੁੱਡ ਨਾਈਟ ਰਾਤ ਬਹੁਤ ਹੋ ਗਈ ਹੈ ਤੇ ਕੱਲ ਤੁਹਾਨੂੰ ਇਸ ਤੋਂ ਕੋਈ ਅਲੱਗ ਵਲੌਗ ਦੇ ਵਿੱਚ ਦੁਬਾਰਾ ਤੁਹਾਡੇ ਰੂਪਰੂ ਹੋਵਾਂਗੇ ਓਕੇ ਓਕੇ ਬਾਏ